ਸੌ ਡਾਕਟਰ ਲਖਵੀਰ ਜੀ ਡੀ ਐੱਚ ਓ ਸਾਹਿਬ ਜ਼ਿਲ੍ਹਾ ਸਿਹਤ ਅਫਸਰ ਹੁਸ਼ਿਆਰਪੁਰ ਦੇ ਵਿੱਚ ਮੋਤੀ ਮਹਿਲ ਖੁੱਲ੍ਹਿਆ ਕਿ ਮੋਤੀ ਮਹਿਲ ਦੇ ਖੁੱਲ੍ਹਦੇ ਸਾਰੇ ਡਾਕਟਰ ਸਾਹਿਬ ਪਹੁੰਚ ਚੁੱਕੇ ਨੇ ਮੋਤੀ ਮਹਿਲ ਦੇ ਸੋ ਹੁਸ਼ਿਆਰਪੁਰ ਦੇ ਮੋਤੀ ਮਹਿਲ ਦੇ ਵਿੱਚ ਪਹੁੰਚ ਚੁੱਕੇ ਨੇ ਡਾਕਟਰ ਲਖਵੀਰ ਜੀ ਡੀ ਐੱਚ ਓ ਸਾਹਿਬ ਜ਼ਿਲ੍ਹਾ ਸਿਹਤ ਅਫਸਰ ਅਤੇ ਪਰਸੋਂ ਹੀ ਹਜੇ ਓਪਨਿੰਗ ਹੋਈ ਸੀ ਅਤੇ ਡਾਕਟਰ ਸਾਹਿਬ ਨੇ ਅੱਜ ਚੈਕਿੰਗ ਕਰਨ ਵਾਸਤੇ ਪਹੁੰਚ ਚੁੱਕੇ ਨੇ ਡਾਕਟਰ ਸਾਹਿਬ। ਸੋ ਦੇਖ ਸਕਦੇ ਹੋ ਪਿਆਜ਼ ਲਸਣ ਇਸਤੇਮਾਲ ਨਹੀਂ ਕਰਨਾ ਜ਼ਿਆਦਾ ਬੱਚੇ ਗਲਤ ਨਹੀਂ ਗ੍ਰੇਵੀ ਗਰੂ ਵਿੱਚ ਪਾਉਂਦੇ ਜ਼ਿਆਦਾ ਇਸ ਦੀ ਅੰਦਰ ਜਿਹੜਾ ਐਸਿਡ 'ਚ ਕੈਮੀਕਲ ਜਮਾਉਂਦੇ ਆ ਉਹਦਾ ਛਿਲਕਾ ਚਿੱਟਾ ਜਿਹਾ ਹੁੰਦਾ ਜਿੱਦਾਂ ਬਾਹਰ ਵਿੱਚ ਬੰਦੇ ਨੇ ਚਮੜੀ ਲੱਗ ਜਾਂਦੀ ਉਹ ਇੱਦਾਂ ਹੁੰਦਾ ਬੜਾ ਜੈਨ ਅਸਲੀ ਅੰਦਰ ਕੋਈ ਔਰ ਕਿਤੇ ਕਿਤੇ ਕਾਲੇ ਨਿਸ਼ਾਨ ਜਿਹੜੇ ਆ ਮੈਂ ਅੱਜ ਇੱਥੇ ਵਿਜ਼ਿਟ ਕੀਤਾ ਅਚਨਚੇਤ ਅਤੇ ਮੈਨੂੰ ਪਤਾ ਲੱਗਾ ਸੀ ਇੱਕ ਮੋਤੀ ਮਹਿਲ ਫੂਡ ਦਾ ਵੀ ਯੂਨਿਟ ਸ਼ੁਰੂ ਹੋਇਆ ਲੋਕਾਂ ਲਈ ਫੂਡ ਅੱਛਾ ਦੇਣਗੇ ਤਾਂ ਉਹਨਾਂ ਦੀ ਕਿਚਨ ਉਹਨਾਂ ਦਾ ਸਾਰਾ ਚੇਨ ਹੈ ਇਹ ਜਿਹੜਾ ਦਿੱਲੀ ਦੀ ਸ਼ਾਇਦ ਫਰੈਂਚਾਈਜ਼ੀ ਆ ਉੱਥੋਂ ਵੀ ਆਏ ਆ ਅਤੇ ਸਾਰੀ ਕਿਚਨ ਸਰਬਜੀਤ ਸਿੰਘ ਅਤੇ ਸਾਡੇ ਸਾਹਿਲ ਗੁਪਤਾ ਜੀ ਇਕੱਠੇ ਕਰ ਰਹੇ ਸਾਰਾ ਮੈਂ ਪੁੱਛਿਆ ਅਤੇ ਵਰਕਰਸ ਦੇਖੇ ਕਿਚਨ ਵੀ ਜਾ ਕੇ ਦੇਖੀ ਆ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਉਹ ਵੀ ਪ੍ਰੋਪਰ ਲਏ ਹੋਏ ਆ ਰੋ ਮਟੀਰੀਅਲ ਵੀ ਮੈਂ ਚੈੱਕ ਕੀਤਾ ਚਾਹੇ ਉਹ ਅਦਰਕ ਸੀ ਚਾਹੇ ਉਹ ਪੋਟੈਟੋ ਆਲੂ ਲਸਣ ਹਰ ਚੀਜ਼ ਦੇਖੀ ਆ ਬੜੀ ਕੁਆਲਿਟੀ ਦੀ ਪ੍ਰੋਡਕਟ ਵਰਤ ਰਹੇ ਆ ਈਵਨ ਪਨੀਰ ਵੀ ਅੱਛਾ ਵਰਤ ਰਹੇ ਕੁਆਲਿਟੀ ਦਾ ਅਤੇ ਜਿਹੜੇ ਬੰਦੇ ਵੀ ਅੱਛਾ ਕੰਮ ਕਰਦੇ ਆ ਈਵਨ ਜਿਹੜਾ ਸਟੋਰੇਜ ਵਾਸਤੇ ਟੈਂਪਰੇਚਰ ਵੀ ਮੈਂ ਦੇਖਿਆ ਬੜਾ ਪ੍ਰੋਪਰ ਉਹਦਾ ਮੇਨਟੇਨ ਕੀਤਾ ਔਰ ਹਰ ਚੀਜ਼ ਪ੍ਰੋਪਰ ਵਾਚ ਰਹੇ ਆ
ਔਰ ਇੱਥੇ ਵੀ ਦੇਖਿਆ ਬਹੁਤ ਕਿਚਨ ਕਿਚਨ ਵਗੈਰਾ, ਖਾਸ ਕਰਕੇ ਤੁਸੀਂ ਕਿਚਨ ਵਗੈਰਾ ਦੇਖ ਕੇ ਜਾਂਦੇ ਹੋ? ਜ਼ਿਆਦਾਤਰ ਮੇਰਾ ਫੋਕਸ ਕਿਚਨ 'ਤੇ ਹੁੰਦਾ, ਉਹ ਇਸ ਕਰਕੇ ਹੁੰਦਾ ਵੀ ਲੋਕਾਂ ਨੂੰ ਪ੍ਰਪੇਅਰਡ ਚੀਜ਼ ਤਾਂ ਮਿਲ ਜਾਂਦੀ। ਹੁਣ ਮੈਂ ਅੰਦਰ ਗਿਆ ਅਤੇ ਮੈਂ ਦੇਖਿਆ ਵੀ ਕੋਈ ਕਲਰ ਕਿਸੇ ਤਰ੍ਹਾਂ ਦਾ ਨਹੀਂ ਹੈਗਾ, ਕੋਈ ਮੈਨੂੰ ਕਲਰ ਨਹੀਂ ਲੱਗਿਆ। ਉਹ ਟਮੈਟੋ ਜੇ ਉਹ ਗ੍ਰੇਵੀ ਬਣਾ ਰਹੇ ਤਾਂ ਟਮੈਟੋ ਦਾ ਹੀ ਕਲਰ ਹੈ ਜਿਹੜਾ ਜੋ ਹੈਗਾ, ਮੈਨੂੰ ਵੀ ਪਤਾ ਲੱਗ ਜਾਂਦਾ ਵੀ ਇਹ 'ਚ ਕਲਰ ਯੂਜ਼ ਕੀਤਾ। ਈਵਨ ਪਾਲਕ ਪਨੀਰ ਜਾਂ ਉਹ 'ਚ ਗ੍ਰੀਨ ਕਲਰ ਪਾਇਆ ਤਾਂ ਉਹ ਵੀ ਪਤਾ ਲੱਗ ਜਾਂਦਾ। ਸੋ ਅਸੀਂ ਲੋਕਾਂ ਨੂੰ ਵੀ ਇਹ ਆਦਤ ਪਾਉਣੀ ਚਾਹੁੰਦੇ ਹਾਂ ਵੀ ਕਲਰ ਜਿਹੜਾ ਆ ਉਹਦਾ ਵੱਲ ਨਾ ਧਿਆਨ ਦਿਓ ਲੋਕਾਂ ਨੂੰ। ਅਸੀਂ ਮੈਂ ਇਹਨਾਂ ਨਾਲ ਵੀ ਗੱਲ ਕੀਤੀ ਸਰਬਜੀਤ ਜੀ ਨਾਲ ਵੀ ਇਹ ਆਦਤ ਜਿਹੜੀ ਗੰਦੀਆਂ ਆਦਤਾਂ ਲੋਕਾਂ ਨੇ ਪਾਈਆਂ ਇਹ ਲੋਕਾਂ ਨੂੰ ਪਾਤੀਆਂ ਹਟਾਵਾਂਗੇ। ਜਿਹੜਾ ਲੱਡੂਆਂ 'ਚ ਕਲਰ ਪਾਉਣਾ, ਚਮਚਮ 'ਚ ਕਲਰ ਪਾ ਕੇ, ਜੋ ਸਹੀ ਸਭ ਤੋਂ ਵੱਡੀ ਜੋ ਮੇਰਾ ਤਜਰਬਾ ਇਹ ਰਿਹਾ, ਕਲਰ ਜੇ ਪਰਮਿਟ ਕਰਦੇ ਆ ਕਿਤੇ, ਫੂਡ ਸੇਫਟੀ ਅਥੋਰਿਟੀ ਕਰਦੀ ਹੈ, ਉਹਦੀ ਮਿਕਦਾਰ ਨਹੀਂ ਇਹ ਲੋਕ ਧਿਆਨ ਰੱਖਦੇ। ਕੋਈ ਜਿਹੜੇ ਵਰਕਰ ਕੰਮ ਕਰਦੇ ਜਾਂ ਮੇਲਣਿਆਂ 'ਤੇ ਗੁੜ ਉਹ ਪਾਉਂਦੇ ਖੁੱਲ੍ਹਾ ਹੀ ਪਾ ਦਿੰਦੇ ਆ, ਉਹਦੇ ਨਾਲ ਵੀ ਚੀਜ਼ ਸੈਂਪਲ ਜਿਹੜੇ ਉਹਨਾਂ 'ਤੇ ਫੇਲ ਆਉਂਦੇ ਆ ਕਲਰ ਦਾ। ਜਿਹੜਾ ਮੈਂ ਇਸ ਕਰਕੇ ਇਹ ਸੋਚਦਾ ਵੀ ਕਲਰ ਆ ਤੁਰਨਾ ਹੀ ਨਹੀਂ ਚਾਹੀਦਾ, ਇਹ ਬਿਹਤਰ ਆ। ਤੁਸੀਂ ਕਿੰਨਾ ਕੁ ਇਨਸ਼ੋਰ ਕਰੋਗੇ? ਮੈਂ ਦੇਖਦਾ ਗੁੜ ਦੇ ਸੈਂਪਲ ਮੈਕਸੀਮਮ ਕਲਰ ਕਰਕੇ ਫੇਲ ਆਉਂਦੇ, ਚਮਚਮ ਮਨਸੇਫ ਆਉਂਦੀ ਹੈ ਕਲਰ ਕਰਕੇ ਆਉਂਦੀ ਹੈ। ਪਰ ਬਹੁਤ ਅੱਛਾ ਲੱਗਾ ਅੰਦਰ ਜਾ ਕੇ, ਮੈਂ ਸਾਰਾ ਕੁਛ ਦੇਖਿਆ। ਬੇਸਿਕਲੀ ਫੂਡ ਸੇਫਟੀ ਟੀਮ ਦਾ ਮੈਂ ਬੜੀ ਵਾਰ ਕਿਹਾ ਵੀ ਅਗਰ ਕੋਈ ਵੀ ਬੰਦਾ ਮਿਆਰੀ ਕੰਮ ਕਰਦਾ ਨਾ, ਵਧੀਆ ਫੂਡ ਦਿੰਦਾ, ਤਾਂ ਉਹ ਫੂਡ ਸੇਫਟੀ ਦੀ ਟੀਮ ਦਾ ਹਿੱਸਾ ਆ, ਉਹ ਫੂਡ ਸੇਫਟੀ ਵਾਲੇ ਹੀ ਆ ਸਾਡੇ, ਉਹ ਫੈਮਿਲੀ ਹੈ ਸਾਡੀ। ਔਰ ਮੈਂ ਮਹਿਸੂਸ ਕਰਦਾ ਵੀ ਇਹ ਮਿਆਰ ਕਾਇਮ ਰਹੇ, ਅਕਾਲ ਪੁਰਖ ਕਿਰਪਾ ਕਰੇ। ਕਈ ਵਾਰੀ ਸ਼ੁਰੂਆਤੀ ਦੌਰ 'ਚ ਮਿਆਰ ਦੇਖਣ ਨੂੰ ਮਿਲਦਾ ਅਤੇ ਛੇਤੀ ਥੱਕ ਜਾਂਦੇ, ਹਫ ਜਾਂਦੇ, ਪਤਾ ਨਹੀਂ ਫਿਰ ਉਹ ਲਾਈਟਲੀ ਲੈਣ ਲੱਗ ਪੈਂਦੇ ਚੀਜ਼ਾਂ ਨੂੰ। ਸਰਬਜੀਤ ਜੀ ਨੂੰ, ਗੁਪਤਾ ਜੀ ਨੂੰ ਪਹਿਲਾਂ ਤਾਂ ਇਸ ਯੂਨਿਟ ਦੀ ਮੁਬਾਰਕ ਵੀ ਦਿੰਦਾ ਅਤੇ ਨਾਲ ਦੇ ਨਾਲ ਮੈਂ ਇਹ ਜ਼ਰੂਰ ਰਿਕੁਐਸਟ ਕਰਦਾ ਵੀ ਇਹਨੂੰ ਸਸਟੇਨ ਜ਼ਰੂਰ ਕੀਤਾ ਜਾਏ। ਇਹ ਹਾਂ ਦੂਜੇ ਦਿਨ ਵੀ, ਸਾਲ ਬਾਅਦ ਵੀ ਆਓ, ਦੋ ਸਾਲ ਬਾਅਦ ਵੀ ਆਓ, ਜਦੋਂ ਮਰਜ਼ੀ ਸਰ, ਜਦੋਂ ਮਰਜ਼ੀ ਆਉਂਦੇ ਸਾਨੂੰ। ਔਰ ਮੈਂ ਇੱਕ ਚੀਜ਼ ਤੁਹਾਨੂੰ ਬੇਨਤੀ ਕਰੂੰਗਾ, ਕਿਉਂਕਿ ਤੁਹਾਡੀ ਕਿਚਨ ਬਹੁਤ ਅੱਛੀ ਲੱਗੀ ਆ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਚੀਜ਼ਾਂ ਬਾਹਰ ਡਿਸਪਲੇ 'ਤੇ ਮਿਲ ਜਾਂਦੀਆਂ ਕਿ ਔਰ ਕਿੱਦਾਂ ਦੇ ਹਾਲਾਤਾਂ 'ਚ ਬਣ ਰਿਹਾ ਉਹ ਨਹੀਂ ਉਹਨਾਂ ਨੂੰ ਪਤਾ। ਮੈਂ ਇੱਕ ਤੁਹਾਨੂੰ ਜ਼ਰੂਰ ਕਹਿ ਕੇ ਜਾਣਾ ਚਾਹੁੰਦਾ ਵੀ ਜਿੱਥੇ ਤੁਸੀਂ ਕੋਈ LED LCD ਲਾਈ ਆ, ਜੇ ਉਹਦੇ 'ਚ ਤੁਸੀਂ ਕੈਮਰੇ ਲਾਏ ਅਲੱਗ ਅਲੱਗ ਜਗ੍ਹਾ 'ਤੇ, ਇੱਥੇ ਇੱਕ ਕੈਮਰਾ ਕਿਚਨ 'ਚ ਵੀ ਲਾ ਦਿਉ, ਲੱਗਾ ਉਹਦਾ ਵੀ ਲਾਈਵ ਜਿਹੜਾ ਕੈਮਰਾ ਡਿਸਪਲੇ 'ਤੇ ਲੋਕ ਜਿੱਦਾਂ ਕਸਟਮਰ ਬੈਠੇ ਉਹ ਦੇਖਣ ਤੁਹਾਡੇ ਵਰਕਰ ਕਿੱਦਾਂ ਕਰ ਰਹੇ, ਉਹ ਵਿੱਚ ਵਿੱਚ ਦਿਖਾ ਦਿਆ ਕਰੋ, ਵਿੱਚ ਵਿੱਚ ਉਹ ਕੈਮਰਾ ਜ਼ਰੂਰ ਚਲਾ ਦਿਆ ਕਰੋ। ਤੁਹਾਡੀ ਵਰਕਸ਼ਾਪ ਨੂੰ ਇਹ ਨਹੀਂ ਦੇਖਣਾ ਚਾਹੀਦਾ, ਅਸੀਂ ਉੱਥੇ ਕੈਮਰੇ ਲਾ ਲੈਂਦੇ ਜਿਹੜੇ ਚੀਜ਼ਾਂ ਉਹ ਦੇਖ ਰਹੇ ਹਾਂ, ਈਜ਼ੀਲੀ ਦੇਖ ਸਕਦੇ। ਆਪਾਂ ਕਿਚਨ ਦਾ ਵੀ ਲਾਈਏ ਵੀ ਜਿੱਥੇ ਵਰਕਰ ਦੇਖਣ ਕਿੰਨੇ ਵਧੇ, ਔਰ ਤੁਹਾਡੇ ਲਈ ਬਹੁਤ ਬਹੁਤ ਪਲੱਸ ਪੁਆਇੰਟ ਹੋਣਾ। ਔਰ ਇਸ ਮੁਲਕ ਦੇ, ਇਸ ਦੇਸ਼ ਦੇ ਵਾਸਤੇ, ਇਸ ਪੰਜਾਬ ਵਿੱਚ ਜਿਹੜਾ ਫੂਡ ਸੇਫਟੀ ਦਾ ਮਿਆਰ ਅਸੀਂ ਫੋਰਨ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਹਾਂ, ਮੇਰਾ ਖਿਆਲ ਆ ਉਹਦੇ ਵੱਲ ਇੱਕ ਬੜਾ ਅੱਛਾ ਕਦਮ ਹੈ, ਬੈਸਟ ਸਟੈਪ ਹੈ, ਕਸਟਮਰ ਨੂੰ ਵੀ ਤਸੱਲੀ ਹੋਵੇ। ਇਹਨੂੰ ਅੱਗੇ ਲੈ ਕੇ ਜਾਵਾਂਗੇ, ਚੱਲਾਂਗੇ। ਥੈਂਕ ਯੂ, ਸ਼ੁਕਰੀਆ, ਵਿਦ ਬੈਸਟ ਵਿਸ਼ਿਜ਼, ਆਈ ਵਿਸ਼ ਯੂ ਆਲ ਦਾ ਬੈਸਟ। ਅਤੇ ਮੈਂ ਤੁਹਾਡੇ ਨਾਲ ਹੀ ਆਇਆ ਸਪੋਰਟਿਵ। ਦੇਖਿਆ।